ਤਰਨਤਾਰਨ ਦੇ ਪੱਟੀ ਇਲਾਕੇ ਤੇ ਪਿੰਡ ਚੁਸਲੇਵੜ ਦੇ ਨੇੜੇ ਅੱਜ ਕਾਰ ਤੇ ਜਗਾੜੂ ਰਿਕਸ਼ੇ ਦੇ ਵਿਚਾਲੇ ਹੋਏ ਟੱਕਰ ਦੇ ਵਿੱਚ ਦਾਦਾ ਦਾਦੀ ਤੇ ਪੋਤਰੇ ਦੀ ਮੌਤ ਹੋਈ ਹੈ। ਮ੍ਰਿਤਕ ਦੀ ਪਹਿਚਾਣ ਰੇਸ਼ਮ ਸਿੰਘ ਤੇ ਦਰਸ਼ਨ ਕੌਰ ਅਤੇ ਪ੍ਰਿੰਸਪਾਲ ਸਿੰਘ ਵਾਸੀ ਚੁਸੇਲਵੜ ਵਜੋਂ ਹੋਈ ਹੈ। ਮਰਨ ਵਾਲੇ ਮਜ਼ਦੂਰ ਪਰਿਵਾਰ ਦੇ ਮੈਂਬਰ ਸਨ। ਹਾਸਾ ਭਿਆਨਕ ਹੋਣ ਕਰਕੇ ਦਾਦੇ ਪੋਤਰੇ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਗੰਭੀਰ ਜ਼ਖਮੀ ਦਰਸ਼ਨ ਕੌਰ ਨੂੰ ਸਿਵਲ ਹਸਪਤਾਲ ਪੱਟੀ ਦੇ ਅੰਦਰ ਲਿਆਂਦਾ ਗਿਆ, ਜਿਸ ਨੂੰ ਇਲਾਜ ਲਈ ਡਾਕਟਰਾਂ ਨੇ ਰੈਫਰ ਕਰ ਦਿੱਤਾ, ਪਰ ਬਾਅਦ ਵਿੱਚ ਰਸਤੇ ਵਿੱਚ ਉਸ ਦੀ ਵੀ ਮੌਤ ਹੋ ਗਈ। ਇੱਥੇ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਗੱਡੀ ਜਿਹੜੀ ਉਹ ਟਰੇਸ ਕਰ ਲਈ ਗਈ ਹੈ ਜੀ। ਮੁਲਾਜ਼ਮ ਆਪਣੇ ਲੈਣ ਗਏ ਆ, ਪਤਾ ਲੱਗਾ ਵੀ ਗੱਡੀ ਰੋਂਗ ਸਾਈਡ ਸੀ, ਇਹ ਆਪਣੇ ਘਰੋਂ ਆ ਰਹੇ ਅਤੇ ਫਿਰ ਇਹ ਹਾਦਸਾ ਵਾਪਰ ਗਿਆ। ਕਿੰਨੇ ਬੰਦਿਆਂ ਦੀ ਡੈਥ ਹੋਈ ਹੈ? ਇੱਕ ਦੀ ਤਾਂ ਮੌਕੇ 'ਤੇ ਹੋ ਗਈ ਹੈ ਜੀ, ਦੋ ਜ਼ਖਮੀ ਹੋਸਪਿਟਲ ਭੇਜੇ ਗਏ। ਜੀ ਜੀ, ਉਹ ਹੋਸਪਿਟਲ ਜਾ ਕੇ ਸਾਨੂੰ ਪਤਾ ਲੱਗੂਗਾ ਜੀ, ਅਸੀਂ ਜਿੱਥੋਂ ਇੱਥੇ ਕਾਰਵਾਈ ਕਰ ਰਹੇ ਹਾਂ। ਬਸ ਚੱਲ ਜੀ ਜੀ। ਕਿੱਥੇ ਚੱਲਿਆ ਸੀ? ਇਹ ਜੀ ਚੂਸਲੇੜ ਚੱਲਿਆ ਜੀ। ਕੀ ਕੰਮ ਕਰਦਾ? ਇਹ ਕੰਮ ਜੀ ਇਸ ਤਰ੍ਹਾਂ ਕੰਮ ਧੰਦਾ ਕਰਦਾ ਜੀ, ਘਰਾਂ ਦਾ ਬੁਰਾ ਬੁਰਾ। ਕਿਵੇਂ ਡੈਥ ਹੋਈ ਜਾਂਦੀ? ਇਹ ਜੀ ਗੱਡੀ ਵੱਜੀ ਹੈ ਜੀ। ਪਤਾ ਲੱਗਾ ਕੌਣ ਆ ਉਹ ਜੀ? ਨਹੀਂ। ਕੀ ਮੰਗ ਕਰਦੇ ਜੀ? ਮੰਗ ਸਰਦਾਰ ਅਸੀਂ ਇਹ ਵਾਲੇ ਪਿਆਰ ਨੂੰ ਸਾਲ ਮਿਲਣਾ ਚਾਹੀਦਾ। ਨਾਮ ਵੀਰ ਜੀ ਤੁਹਾਡਾ? ਨਿਰਮਲ ਸਿੰਘ ਜੀ। ਕਿਹੜਾ ਪਿੰਡ ਤੁਹਾਡਾ? ਪਿੰਡ ਚੂਸਲੇੜ ਵਿੱਚ। ਜਿੰਦੀ ਆ ਕੀ ਗੱਲ ਹੋਈ ਇੱਥੇ ਹੁਣ? ਇਹ ਵੀਰ ਜੀ ਪਿੰਡ ਚੂਸਲੇੜ ਤੋਂ ਪੱਟੀ ਮੋੜ ਨੂੰ ਜਾ ਰਿਹਾ ਸੀ, ਮਿਹਨਤ ਮਜ਼ਦੂਰੀ ਕਰ ਰਿਹਾ ਸੀ ਅਤੇ ਘਰਾਂ ਦਾ ਕੰਮ ਕਰਕੇ ਆਪਣਾ ਪਰਿਵਾਰ ਦਾ ਰੁਜ਼ਗਾਰ ਚਲਾਉਂਦੇ ਸੀ ਅਤੇ ਸਰ ਇਹਨਾਂ ਦੇ ਵਿੱਚ ਰੋਂਗ ਸਾਈਡ ਗੱਡੀ ਲਿਆ ਕੇ ਮਾਰੀ ਆ ਅਤੇ ਗੱਡੀ ਵਾਲੇ 'ਤੇ ਪਰਚਾ ਹੋਣਾ ਚਾਹੀਦਾ, ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਇਹਨਾਂ ਦਾ ਪਰਿਵਾਰ ਆ, ਮਿਹਨਤ ਮਜ਼ਦੂਰੀ ਕਰਨ ਵਾਲੇ ਆ, ਇਹਨਾਂ ਨੂੰ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਉੱਤੇ ਹੋਣੀ ਚਾਹੀਦੀ ਆ ਅਤੇ ਸਹੀ ਸਹੀ ਇਹਨਾਂ ਦੇ ਜਿਹੜਾ ਵਾ ਇਨਸਾਫ ਇਹਨਾਂ ਦਾ ਹੋਣਾ ਚਾਹੀਦਾ। ਜਿਹਦੀ ਡੈਥ ਹੋਈ ਉਹਦਾ ਕੀ ਨਾਂ ਆ? ਉਹਦਾ ਨਾਂ ਰੇਸ਼ਮ ਸਿੰਘ ਹੈ ਜੀ। ਹੋਰ ਵੀ ਕੋਈ ਜ਼ਖਮੀ ਹੋਇਆ? ਹਾਂਜੀ, ਇਹਦਾ ਨਾਂ ਇਹਦਾ ਪੋਤਰਾ ਜੀ ਪ੍ਰਿੰਸ। ਕਿੰਨੀ ਕੁ ਉਮਰ ਹੁੰਦੀ? 10 ਸਾਲ ਉਮਰ ਹੈ ਜੀ। ਹੋਰ ਕੌਣ ਜ਼ਖਮੀ ਹੋਇਆ? ਇਹਦੀ ਵਾਈਫ ਹੈ ਜੀ। ਉਹਦਾ ਕੀ ਨਾਂ ਹੈ? ਦਰਸ਼ੂ ਹੈ ਜੀ। ਤਰਨਤਾਰਨ ਤੋਂ ਜਸਬੀਰ ਸਿੰਘ ਲੱਡੂ ਦੀ ਰਿਪੋਰਟ, ਪੰਜਾਬ ਟੂਡੇ।